मीडिया क्राइम न्यूज़ देख रहे दर्शकों का असी स्वागत करते हाँ। सरहदी जिला गुरदासपुर के कस्बा डेरा बाबा नानक के नज़दीक पिंड सिंहपुरा नेड़े गुजरां दियां 70 के करीब मझां सक्की नाले विदे पानी विच डुब के मरण का समाचार प्राप्त होया है। इस घटना के नाल पीड़ित गुजर परिवार का लखां रुपए का नुकसान होया है और पीड़ित लई मदद की गुहार लगाई जा रही है। पुलिस घटना की तफतीश में जुट गई है। स्थानक लोगों ने दसिया कि इस जगह पर शक्की का पुल बहुत नीवा है, जिसकी सफाई में भी बहुत देर हो चुकी है, जिस करके इस पुल थले बूटी ते दलदल बहुत ज़्यादा बन चुकी है, जिस करके महकमे की अनगहली कारण इन्हां मज्जां का नुकसान होया है। स्थानक लोगों ने सरकार को मंग की है कि इस ड्रेन की सफाई की जाए ता जो बारिशों दौरान होर किसी का नुकसान होने बचे। उत्थे ही पुलिस अधिकारी जगतार सिंह ने घटना बारे दसते कहा, इस घटना नाल पीड़ित गुजर का काफ़ी नुकसान होया है अते इस घटना की जाँच की जा रही है। दीपक कुमार अते लक्की भाटिया की खास रिपोर्ट देखते रहो इंडिया क्राइम न्यूज़। मिलते हाँ अगली खबर के नाल। ये जो पानी इन्ना पिछों छड़दे आ, पिछे कोई प्लांट लगा वा बत्ती वाला, वो 12 पानी इधर छड़ छड़दे आ, 12 महीने चलती रही, इतने हादसे होंदे ही रहिंदे। अगे भी बड़ी बार डंगर मरे आ साडे इत्थे, पर सरकार दे कन्नां दे जूं नहीं सरकदी। असीं सरकार नूं बड़ी बार कह चुके हैं भी साडा कोई ना कोई हल किया जाए, जां इहदी खड़ाई हो जाए चंगी तरह, जां इहनूं उच्चा किया जाए, क्योंकि जिहड़ा पानी इहदे थले 5-5 फुट गार जम जांदी आ, अगले बन्नों उच्चा वा पिछले बन्नों उच्चा वा, ते विच इत्थे नहीं माण आ। ड्रेन विभाग में भी कभी कोई सूचना करा, बहुत बार अं उन्होंने लिख के भी दिता कई बार भी साडा सुनवाई करो, जदों ये पानी आउंदा वा जदों बारिश हुंदी आ उदों थोड़ा जिहा आउंदे माड़ा मोटा करके चल जांदे, बाद च कुछ नहीं करदे। ਤੁਸੀਂ ਹੁਣ ਗਏ, ਤੁਸੀਂ ਸਰਕਾਰ ਕੋਲ ਕੀ ਮੰਗ ਕਰੋਗੇ? ਸਰਕਾਰ ਕੋਲ ਮੰਗ ਇਹੋ ਕਰਦੇ ਹਾਂ ਵੀ ਜਾਂ ਤਾਂ ਉਹ ਪਿਛਲੇ ਜਿਹੜਾ ਪਲਾਂਟ ਆ ਉਹ ਬੰਦ ਕਰ ਦੇਣ, ਜਿਹੜਾ ਬੱਤੀ ਵਾਲਾ ਕਿਸੇ ਨੇ ਲਾਇਆ ਪ੍ਰਾਈਵੇਟ, ਉਹ ਪਾਣੀ ਜ਼ਿਆਦਾ ਉਹ ਛੱਡਦੇ ਇੱਧਰ ਨੂੰ, ਅਤੇ ਜਿਹੜਾ ਬਾਰਿਸ਼ ਦਾ ਪਾਣੀ ਆ ਉਹ ਵੀ ਇੱਥੇ ਜ਼ਿਆਦਾ ਆਉਂਦਾ ਵਾ, ਸਾਡਾ ਨੁਕਸਾਨ ਹੁੰਦਾ, ਸਾਡੀਆਂ ਫਸਲਾਂ 'ਚ ਵੀ ਪਾਣੀ ਪੈਂਦਾ ਵਾ। ਆਹ ਪਿੱਛੇ ਜੇ ਹੁਣ ਸਾਡੀ ਕਣਕ ਦਾ ਨਾੜ ਵੀ ਨਹੀਂ ਵੱਢਿਆ ਗਿਆ, ਡਰੇਨ ਚੜ੍ਹੀ ਆ, ਪਾਣੀ ਸਾਰਾ ਕਣਕ ਦੇ ਨਾੜ 'ਚ ਪੈ ਗਿਆ, ਕਣਕ ਵੀ ਖਲੋਤੀ, ਸਾਡੇ ਕੋਲ ਕਣਕ ਵੀ ਨਹੀਂ ਵੱਢੀ ਗਈ। ਅਸੀਂ ਨਾ ਸਰਕਾਰ ਕੋਲੋਂ ਮੰਗ ਮੰਗਦੇ, ਸਾਡਾ ਨਾ ਨੁਕਸਾਨ ਬੜਾ ਗਿਆ ਚਾਚੇ ਦਿੱਤਾ, 70 ਲੱਖ ਦਾ ਨੁਕਸਾਨ ਹੋ ਗਿਆ, ਨਿੱਕੇ ਨਿੱਕੇ ਬੱਚੇ ਉਹਦੇ, ਇੱਕ ਮਾਝੇ ਦੁੱਧ ਜਿਗਣੀ ਹੋ ਗਈ, ਚਾਹ ਕਾਹਦੀ ਪੀਣਗੇ। ਅਸੀਂ ਸਰਕਾਰ ਨੂੰ ਸਿਰਫ ਮੰਗ ਮੰਗਦੇ ਸਾਡੇ ਇਨਸਾਫ ਮਿਲ ਜਾਂਦਾ, ਇਹ ਮੰਗ ਮੰਗਦੇ ਸਰਕਾਰ ਕੋਲੋਂ। ਪੈਲੀ ਨਹੀਂ ਹੈਗੀ, ਕੋਈ ਬੰਨਾ ਨਹੀਂ, ਕੋਈ ਦਿਹਾੜੀ ਕਰਨ ਵਾਲਾ ਬੰਦਾ ਨਹੀਂ ਹੈਗਾ, ਉਹ ਤੁਸੀਂ ਵੇਖਿਆ ਉਹਦੇ ਬੱਚੇ ਨਹੀਂ ਹੈਗਾ, ਇੱਕ ਆਹ ਮੁੰਡਾ ਨਹੀਂ ਹੈਗਾ, ਜੋ ਬਹਿ ਸਕਦਾ ਉੱਥੇ ਜਾ। ਹਾਂ ਅਸੀਂ ਸਰਕਾਰ ਕੋਲੋਂ ਮੰਗ ਮੰਗਦੇ, ਆਪ ਵੀ ਠੀਕ ਨਹੀਂ ਹੈਗਾ, ਉਹ ਸਾਹਮਣੇ ਹੁਣ ਖੜਿਆ ਹਸਪਤਾਲ ਨੂੰ। ਦੋ ਪਰਿਵਾਰ ਇਸੇ ਡੰਗਰਾਂ ਦੇ ਸਿਰ ਦੇ ਜੀਂਦੇ ਸੀ, ਜਿਹੜੇ ਚਾਰ ਕੁੜੀਆਂ ਦੇ ਇੱਕ ਮੁੰਡਾ ਹੈ। ਅਸੀਂ ਇਨਸਾਫ਼ ਮੰਗਦੇ ਸਰਕਾਰ ਕੋਲੋਂ। ਕੰਢੇ ਆ ਕੇ ਡੰਗਰ ਬਹਿ ਗਏ ਅਤੇ ਰੋੜ ਕੇ ਸਾਰੇ ਪੁਲੀਸ ਦੇ ਥੱਲੇ ਆ ਗਏ, ਅਤੇ ਮੁੰਨੂ ਗੁੱਜਰ ਜਦੋਂ ਡੰਗਰ ਲੈ ਕੇ ਜਾ ਰਿਹਾ ਸੀ। ਕਿੰਨੇ ਡੰਗਰ ਸੀਗੇ? 70 ਡੰਗਰ ਹੈ। ਕੋਈ ਸਾਰੇ ਮਰ ਗਏ ਕਿ ਜਾਂ ਬਚੇ? ਸਾਰੇ ਮਰ ਗਏ, ਕੋਈ ਨਹੀਂ ਬਚਿਆ, ਸਾਰੇ ਮਰ ਗਏ, ਕੋਈ ਪੁਲ ਦੇ ਥੱਲੇ ਮਰੇ ਨਿਕਲਦੇ, ਕੋਈ ਪੁਲ ਦੇ ਥੱਲੇ ਗਏ। ਆ ਬੰਦਾ ਜੀ ਨਾ ਤਾਂ ਉਹਦੇ ਕੋਲ ਫੋਨ ਸੀ, ਕੁਛ ਵੀ ਨਹੀਂ ਸੀ, ਉਹ ਰੌਲਾ ਰੌਲਾ ਪਾਇਆ ਅਤੇ ਲੋਕ ਜਿਹੜੇ ਲਾਗੋ ਇਕੱਠੇ ਹੋਏ ਆਉਂਦੇ ਨੂੰ, ਸਾਰੀਆਂ ਮੱਝਾਂ ਜਿਹੜੀਆਂ ਮਰ ਗਈਆਂ ਨੇ, ਥੱਲੇ ਫਸ ਗਈਆਂ, 15-16 ਮਹੀਆਂ ਤੇ ਰੁੜ ਕੇ ਮਰੀਆਂ ਲੱਗੀਆਂ ਨੇ ਥੱਲੇ, ਤੇ ਬਾਕੀ ਪੁੱਲ ਮਿਲਾ ਕੇ। ਸਾਡੇ ਸਿੰਘਪੁਰਾ ਪਿੰਡ ਪੈਂਦਾ ਜੀ, ਇੱਥੇ ਇਤਲਾਹ ਮਿਲੀ ਸੀ ਅੱਜ ਵੀ ਗੁੱਜਰ ਪਰਿਵਾਰ ਕੋਈ ਡੰਗਰ ਆਪਣੇ ਚਾਰਦੇ ਸੀਗੇ, ਔਰ ਪਾਣੀ ਪੀਣ ਵਾਸਤੇ ਇੱਥੋਂ ਸੱਕੀ ਲੰਘਦੀ ਉਹਦੇ 'ਚ ਪਾਣੀ ਚੱਲ ਰਿਹਾ, ਇਹਨਾਂ ਦੀਆਂ ਮੱਝਾਂ ਜਿਹੜੀਆਂ ਵਿੱਚ ਵੜੀਆਂ ਸੀ ਅਤੇ ਪੁੱਲ ਕ੍ਰਾਸ ਕਰਦੇ ਜਿਹੜੀਆਂ ਉਹ ਪੁੱਲ ਦੇ ਥੱਲੇ ਫਸ ਕੇ ਅਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਕੋਈ 40 ਕਰੀਬ ਮੱਝਾਂ ਨੇ, ਕੁਝ 20 ਛੋਟੇ ਡੰਗਰ ਨੇ, ਇੱਕ ਝੋਟਾ ਆ। ਫਿਲਹਾਲ ਕਾਰਨ ਦਾ ਤਾਂ ਖਾਸ ਪਤਾ ਨਹੀਂ ਲੱਗ ਸਕਿਆ, ਉਹਦਾ ਆਸ ਇਹ ਕੀਤੀ ਜਾਂਦੀ ਵੀ ਇੱਥੋਂ ਨਹਿਰ ਕ੍ਰਾਸ ਹੋ ਰਹੀ ਹੈ ਅਤੇ ਜਿਹੜਾ ਨਹਿਰ ਬਣ ਰਹੀ ਉਹਦਾ ਪਾਣੀ ਸੱਕੀ ਵਿੱਚ ਛੱਡਿਆ ਹੋਇਆ, ਸ਼ਾਇਦ ਜਲਣ ਵਿੱਚ ਫਸਣ ਕਰਕੇ ਪਾਣੀ 'ਚ ਡੁੱਬ ਕੇ ਇਹਨਾਂ ਡੰਗਰਾਂ ਦੀ ਜਿਹੜੀ ਮੌਤ ਹੋਈ ਹੈ। ਫਿਰ ਵੀ ਇਹਦੀ ਤਫਤੀਸ਼ ਜਿਹੜੀ ਕਰ ਰਹੇ ਹਾਂ, ਜੋ ਜਾਣਕਾਰੀ ਮਿਲੀ ਨਾਲ ਦੀ ਨਾਲ ਦੱਸ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।